संसार सारं भुजगेन्द्रहारं सदा संतं हृदयारविन्दे भवं भवानि सहितं ਸਥਾਨ ਦੇਵੇ ਔਰ ਸਾਡੇ ਇਸ ਪਰਿਵਾਰ ਨੂੰ ਤਾਕਤ ਅਤੇ ਬਲ ਬਖਸ਼ੇ
ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਮੇਰੇ ਛੋਟੇ ਵੀਰ ਰੋਹਿਤ ਜੀ, ਮੋਹਿਤ ਜੀ, ਮੁਨੀਤ ਜੀ, ਵਿਨੇ ਜੀ ਔਰ ਸਾਡੀ ਬੇਟੀ ਭੈਣ ਅੰਜਲੀ ਜੀ, ਬੇਟੀ ਅਤੇ ਦਮਾਦ ਰੋਹਿਤ ਜੀ, ਇਹ ਨੌਜਵਾਨ ਪੀੜ੍ਹੀ ਆਪਣੇ ਜ਼ਿੰਮੇਵਾਰੀਆਂ ਦੇ ਲਈ ਸਾਰਥਕ ਉਤਰਨ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਪੰਡਿਤ ਜੀ ਅਰਥ ਕਾਮ ਔਰ ਮੋਕਸ਼ ਕੋ ਪ੍ਰਦਾਨ ਕਰਨੇ ਵਾਲਾ ਸ਼੍ਰੀ ਬ੍ਰਾਹਮਣ ਮਹਾਸਭਾ ਲੁਧਿਆਣਾ, ਮੇਰੇ ਛੋਟੇ ਭਾਈ ਕਪਿਲ ਜੋਸ਼ੀ ਜੀ, ਜਿਹਨੂੰ ਕਿ ਬਹੁਤ ਪਿਆਰ ਮਿਲਾ, ਉਹਨੇ ਬਤਾਇਆ ਉਹਨਾਂ ਦੀ ਮਾਸੀ ਜੀ ਨਿਤਿਨ ਜੋਸ਼ੀ ਜੀ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ, ਸ਼੍ਰੀ ਅਸ਼ੋਕ ਥਾਪਰ ਜੀ, ਔਰ ਵੀ ਬਹੁਤ ਸੇ ਮੈਂ ਦੇਖ ਰਿਹਾ ਹਾਂ, ਹਮਾਰੇ ਰਜੀਵ ਮਲਹੋਤਰਾ, ਵਿਪਨ ਮਲਹੋਤਰਾ ਜੀ, ਬਹੁਤ ਸੇ ਥਾਪਰ ਪਰਿਵਾਰ ਹਮਾਰੇ ਆਪਣੇ ਪਰਿਵਾਰ ਯਹਾਂ ਬੈਠੇ ਹੋਏ ਹੈ। ਅਗਰ ਨਾਮ ਕੀ ਗਿਣਤੀ ਮੈਂ ਪੜ ਜਾਊਂਗਾ ਤੋ ਸਮੇਂ ਬਹੁਤ ਅਧਿਕ ਹੋ ਜਾਏਗਾ। ਇਨ੍ਹੀਂ ਸ਼ਬਦੋਂ ਕੇ ਸਾਥ ਜੋ ਵੀ ਪਰਿਵਾਰ ਨੇ 10 ਦਿਨ ਤੱਕ ਸ਼੍ਰੀ ਗਰੁੜ ਪੁਰਾਣ ਜੀ ਕੀ ਪਾਵਨ ਪਵਿੱਤਰ ਕਥਾ ਕੋ ਬੜੀ ਵਿਧੀ ਕੇ ਦੁਆਰਾ ਸ਼ਰਵਣ ਕੀਆ ਹੈ। ਗਰੁੜ ਪੁਰਾਣ ਪੁਣਯਦਾਇਕ ਹੈ, ਪਾਪੋ ਕਾ ਨਾਸ਼ ਕਰਨੇ ਵਾਲਾ, ਧਰਮ ਅਰਥ ਕਾਮ ਔਰ ਮੋਕਸ਼ ਕੋ ਦੇਣੇ ਵਾਲਾ ਹੈ। ਤੋ ਆਈਏ ਪਰਿਵਾਰ ਆਏ, ਗਰੁੜ ਪੁਰਾਣ ਕੀ ਪੂਜਾ ਕਰੇ। ਹਾਂਜੀ ਆਓ ਮੈਡਮ। ਓ ਮੰਗਲਮ ਭਗਵਾਨ ਵਿਸ਼ਨੂ, ਮੰਗਲਮ ਗਰੁੜ ਧਵਜਾ, ਮੰਗਲਮ ਕੁੰਡਰੀ ਕਾਕਸ਼, ਮੰਗਲਾਯ ਨਮ ਹਰਿ ਵਿਸ਼ਨੂ ਰਰਾਟਮਸਿ ਵਿਸ਼ਨੂ ਸ਼ਨਪਤੀ ਸ੍ਤੋ ਵਿਸ਼ਨੂ ਸਯੂਰਸਿ ਵਿਸ਼ਨੂ ਤ੍ਰੌਅਸਿ ਵੈਸ਼ਨਵਮਸਿ ਵਿਸ਼ਨੂ ਵਿਸ਼ਨਵੇ ਵਾਹ ਸ਼੍ਰੀ ਗਰੁੜਾਯ ਨਮੋ ਨਮ ਸਭੀ ਬੈਠ ਜਾਏ ਫਿਰ ਕੁਰਸੀ ਦੇ ਚੌਂਕੜੀ ਲਗਾਤੇ ਹੋਏ। ਜਿਹਨਾਂ ਨੇ ਪਗੜੀ ਦੇਣੀ ਹੈ ਪੁਰਮਾਚਾਰੀ ਕੀ ਜੋ ਪਗੜੀ ਹੋਤੀ ਕਿਰਪਾ ਮੰਚ ਕੇ ਪਾਸ ਆ ਜਾਏ। ਬਾਕੀ ਸੰਗਤ ਜਨ ਸ਼ਗਨ ਆਦਿ ਦੇਣੇ ਕੀ ਚੇਸ਼ਟਾ ਨਾ ਕਰੇ। ਆਪ ਲੋਕੋ ਕਾ ਆਉਣਾ ਹੀ ਕਾਫੀ ਹੈ ਕਿ ਆਪ ਪਰਿਵਾਰ ਕੇ ਲੋਕ ਮੈਂ ਆਪ ਸ਼ਾਮਿਲ ਹੋਏ। ਆਈਏ ਬਿਲਕੁਲ ਸੰਗਤ ਸੀ ਦੇ ਬੈਠਦੇ ਹੋਏ ਸਭੀ ਮਿਲ ਕਰ, ਕਿਉਂਕਿ ਆਰਤੀ ਓਮ ਜੈ ਜਗਦੀਸ਼ ਹਰਿ ਸਵਾਮੀ ਜੈ ਦੀਨਾਨਾਥ ਹਰੇ ਭਕਤ ਜਨੋ ਕੇ ਸੰਗਤ ਦਾਸ ਜਨੋ ਕੇ ਅਗੁਣ ਸ਼ਨ ਮੇ ਦੂਰ ਕਰੇ ਹਰੀ ਓਮ ਜੈ ਜਗਦੀ ਦੁਆ
हम सब यहाँ पर एकत्रित हो रहे हैं, परम पूजनीय परम आदरणीय स्वर्गीय श्रीमती नीलम थापर जी, धर्म पत्नी श्री रमेश थापर जी, जो अपनी सांसारिक यात्रा को परिपूर्ण करती हुई अपने कर्मों का सुख और दुख भोग कर नश्वर संसार का त्याग करती हुई प्रभु चरणों में जाकर लीन हो चुकी हैं, उनकी आत्मा की शांति के लिए रखे गए श्री गरुड़ पुराण जी के पावन पवित्र पाठ पर उस पुण्य आत्मा को श्रद्धांजलि, तिलांजलि, पुष्पांजलि और थापर परिवार के लिए सहानुभूति लेकर हम सब यहां पर एकत्रित हो रहे हैं। दुख बहुत है क्योंकि देख रहा हूं अभी श्रीमती नीलम रानी जी का भी टाइम नहीं था लगे, लेकिन क्या करें, उस ईश्वर के आगे, विधाता के आगे, कर्मों के आगे इंसान बेबस है, लाचार है। हल्के पिछले काफी महीने से परिवार ने कोई कमी नहीं छोड़ी सेवा के अंदर, हर प्रकार का यत्न, हर प्रकार का प्रयत्न किया गया, लेकिन इस बात का ज्ञान आप भी है तो बड़े से बड़ा असाध्य रोग भी हमें क्यों ना लग जाए, वो सभी रोग ठीक ठाक हो जाते हैं, लेकिन अगर बुलावा आ गया तो छोटी छोटी बीमारियां भी मृत्यु का बहाना बन जाती हैं। आइए इन्हीं सभी विचारों को लेकर उस पुण्य आत्मा की शांति के लिए हम सब यहां पर एकत्रित हो रहे हैं। हमारा आना, हमारा बैठना तभी सफल होगा जब हम प्रभु चरणों में प्रार्थना करेंगे कि हे परमात्मा, हे नारायण, हे ईश्वर, उस पुण्य आत्मा को आपने अपने चरणों का स्थान देना है। आवागमन के बंधन से मुक्त करना है और पीछे घर में, परिवार में, बच्चों में सुख और शांति का वास देना है। तो आइए एक बार मैं कहूंगा, एक बार आपने कहना है, जितने भी मेरी संगत, माताएं, बहने, बुजुर्ग, भाई बंधु जितने भी बैठे हुए हैं, कोई भी अभागी जीवा प्रभु नाम से वंचित न रह जाए, क्योंकि जितना परमात्मा के साथ कदम से कदम मिलाते हुए यहां पर अपनी पारिवारिक जिम्मेवारियां, अपनी सांसारिक जिम्मेवारियां निभाई, वहां निरंतर मां भगवती के चरणों में सेवा में ये सारा परिवार जुड़ा रहा, अंत मौत का बुलावा आया, लेन देन खत्म हो गया, शरीर से प्राण निकल गए, तो आइए कोई भी अभागी जी बाप प्रभु नाम से वंचित न रह जाए, सभी ने मेरे सच मिलकर कहना है। रघुपति राघव
सीताराम सभी ने कहना है। रघुपति राजा राम पतित ਇਕ ਨਾ
ਹਰ ਸਤ ਅੱਖ ਪੁੱਤਰ ਇੱਕ ਵੀ ਨਾ ਹੋਵੇ ਇਹ ਤਰਸ ਤਰਸ ਮਰ ਜਾਂਦੇ ਇੱਕ ਨਾ ਦੇ ਘਰ ਇੱਕ ਵੀ ਨਾ ਹੋਵੇ ਇਹ ਤਰਸ ਤਰਸ ਮਰ ਜਾਂਦੇ ਇੱਕ ਨਾ ਦੇ ਹੱਥ ਛਨਕਣ ਚੂੜੇ ਇੱਕ ਨਾ ਦੇ ਹੱਥ ਛਨਕਣ ਚੂੜੇ ਛਨਕ ਛਨਕ ਪਈ ਹੋਵੇ ਪਰ ਇੱਕ ਨਾ ਦੇ ਗੱਲ ਪਿਆ ਰੰਡੇ ਪਾ ਮਾਂਗ ਜਿਨਾ ਦੀ ਰੋਵੇ ਕਿਉਂਕਿ ਮੂਰਖ ਕੀ ਜਾਣੇ ਰਾਮ ਦੀ ਮਹਿਮਾ ਕਿਉਂਕਿ ਮੂਰਖ ਕੀ ਜਾਣੇ ਰਾਮ ਦੀ ਮਹਿਮਾ ਜੋ ਚਾਵੇ ਸੋ ਕਰਵਾਵੇ ਪਰ ਇਹ ਗੱਲ ਨਹੀਂ ਹੈ ਸੱਜਣੋ ਹਰ ਕੋਈ ਆਪਣੇ ਕਰਮਾਂ ਦਾ ਫਲ ਪਾਵੇ ਪਰ ਇਹ ਗੱਲ ਨਹੀਂ ਹੈ ਸੱਜਣੋ ਹਰ ਕੋਈ ਕਰਮਾਂ ਦਾ ਫਲ ਪਾਵੇ ਇਸ ਜਨਮ ਦਾ ਤਾਂ ਨਹੀਂ ਕੋਈ ਕੋਈ ਪੂਰਵ ਜਨਮ ਦਾ ਕੋਈ ਐਸਾ ਕਰਮ ਥਾ ਆਦਰਣੀ ਹੈ ਸ਼੍ਰੀਮਤੀ ਨੀਲਮ ਠਾਕੁਰ ਜੀ ਕਾ ਜੋ ਸਰੀਰ ਸੇ ਇਤਨਾ ਕਸ਼ਟ ਭੋਗਾ ਅਲਕੀ ਸਾਰਾ ਜੀਵਨ ਸਾਰਾ ਹੀ ਪਰਿਵਾਰ ਠਾਕੁਰ ਪਰਿਵਾਰ ਮਾਂ ਚਮੰਡਾ ਦੇਵੀ ਜੀ ਕਾ ਪਰਮ ਭਗਤ ਪਰਮ ਸੇਵਕ ਔਰ ਨਿਰੰਤਰ ਪਿਛਲੇ 26 ਵਰਸ਼ੋਂ ਸੇ ਮਾਂ ਚਮੰਡਾ ਦੇਵੀ ਕੇ ਦਰਬਾਰ ਜਾਣਾ ਵਹਾਂ ਧਰਮਸ਼ਾਲਾ ਮੇ ਜੋ ਲੁਧਿਆਣਾ ਧਰਮਸ਼ਾਲਾ ਬਣੀ ਹੈ ਸਾਰੇ ਪਰਿਵਾਰ ਨੇ ਠਾਕੁਰ ਪਰਿਵਾਰ ਪੂਰਾ ਨਾ ਕੋਈ ਕਾਰੋਬਾਰ ਕੀ ਚਿੰਤਾ ਨਾ ਵਪਾਰ ਕੀ ਚਿੰਤਾ ਵਹਾਂ ਜਾ ਕਰ ਸੇਵਾ ਕਰਨੀ ਲੇਕਿਨ ਇਸ ਵਰਸ਼ ਅਸਾਧੇ ਰੋਗ ਨੇ ਆ ਕਰ ਘੇਰ ਲਿਆ ਹਨ ਕਿ ਪਰਿਵਾਰ ਨੇ ਬੜੀ ਕੋਸ਼ਿਸ਼ ਕੀ ਬੇਚਾਰੇ ਕੀ ਹਮਾਰੇ ਆਦਰਣੀ ਹੈ ਬੜੇ ਭਈਆ ਰਮੇਸ਼ ਠਾਕੁਰ ਜੀ ਜਿਨ੍ਹਾਂ ਨੇ ਕੋਈ ਕਮੀ ਨਹੀਂ ਛੋੜੀ ਲੇਕਿਨ ਬਾਤ ਵਹੀ ਹੈ ਜਬ ਸਮੇਂ ਟਾਈਮ ਵਕਤ ਜਬ ਆ ਜਾਂਦਾ ਹੈ ਤੋ ਇਨਸਾਨ ਲਾਚਾਰ ਹੋ ਜਾਂਦਾ ਹੈ ਮਹਾਂਪੁਰਸ਼ ਕਹਿੰਦੇ ਹੈ ਇਨਸਾਨ ਬੜੀ ਕੋਸ਼ਿਸ਼ ਕਰਦਾ ਹੈ ਕਰਕੇ ਆਪਣੀ ਅਭੀ ਦੇਖਾ ਆਪਣੇ ਪਰਸੋਂ ਕਦਵਈ ਨਗਰ ਮੇ ਜੋ ਬਿਲਡਿੰਗ ਗਿਰੀ ਕਿਤਨਾ ਵੋ ਦਰਦਨਾਕ ਹਾਦਸਾ ਹੁਆ ਇਨਸਾਨ ਦੇਖਦਾ ਹੀ ਰਹਿ ਗਿਆ ਕਿ ਹਮਾਰੇ ਸਾਥ ਬਨ ਗਿਆ ਕਿਉਂਕਿ ਮੌਤ ਜਬ ਆਤੀ ਹੈ ਤੋ ਬਹੁਤ ਭਯਾਨਕ ਰੂਪ ਧਾਰਨ ਕਰਕੇ ਆਤੀ ਹੈ ਸੰਤ ਮਹਾਂਪੁਰਸ਼ ਕਹਿੰਦੇ ਕਿਆ ਹੋਤੀ ਹੈ ਹੋਤੀ ਹੈ ਭਯਾਨਕ ਬੜੀ ਆਖਰੀ
वाला ओ मरिया को मांगे, मरने वाला ओ मरिया को मांगे, मिले मांगे ना पर एक घड़ी, आखिरी जिंदगी की घड़ी होती है भयानक बड़ी, आखिरी जिंदगी की घड़ी। अंजलि और दामाद रोहित जी,
जैसा नाता, माँ जैसा संबंध, माँ जैसा रिश्ता, माँ जैसा दुलार, माँ जैसी ममता इस धरती पर कोई भी नहीं दे सकता। माँ संसार छोड़कर चली जाती है तो जीवन जीना बहुत कठिन सा हो जाता है। माँ से ही सारे रिश्ते होते हैं, क्षमा करना, एक बाप कभी माँ नहीं बन सकता। कहने वाले कहते हैं कि माँ मरे पेके मुक दे, के माँ मरे पेके मुक दे, माँ मरे कर लीला शाला, माँ ना मरे किसे भी जागे अंदर उजड़ जाता है मेला, शादा मां ना मरे किसे भी जागे अंदर उजड़ जाता है मेला, मां नी हुन मैं पेके आना पेके होंदे मां नहीं हूं मैं पेके आना पेके होंदे माना। आज बेटियां पुत्र वधुआं ये भी बेटियों के ही समान है। बेटियां जितने मर्जी धनवान घर में विवाही हुई हैं, बेटी आती है तो मां ने चुपके से ना जाने क्या क्या वस्तुएं अपनी बेटी के लिए रखी होती है। हल्की बेटी को कोई कमी नहीं, खुलर परिवार रोहित जी, लेकिन फिर भी एक आस होती है बेटियों को कि मां से मिलने जा रही हूं। आज बेटी कहती है हल्की कि सजन दे नाल मैं खेडन गई सा, ਦੇ ਨਾਲ ਮੈਂ ਖੇਡਣ ਗਈ ਸਾਂ ਤੇ ਰਾਹ ਵਿੱਚ ਟੁੱਟ ਗਈਆਂ ਮੰਗਾਂ, ਕਿ ਮੇਰੀ ਮਾਂ ਹੁੰਦੀ ਤੇ ਹੋਰ ਚੜਾਉਂਦੀ, ਕਿ ਮੇਰੀ ਮਾਂ ਹੁੰਦੀ ਤੇ ਹੋਰ ਚੜਾਉਂਦੀ ਤੇ ਪਿਓ ਨੂੰ ਮੰਗਦੀ ਸਦਕਾ। ਕਚਹਿਰੀ ਲੜਦੀ ਤੇ ਦੌਲਤ ਕਹੇ ਮੈਂ ਸਭ ਤੋਂ ਉੱਤੇ ਮੇਰਾ
चलती है वो हमें छोड़ कर, हम जीते थे दिन के लिए वो चले हमसे मोड़ गए, हम जीते थे दिन के लिए वो चले हमसे मोड़ गए, आंसुओं में लगा दी छड़ी आखिरी जिंदगी की घड़ी, होती है भयानक पड़ी जिंदगी की। कवि कह रहा है कि इस मृत्यु से कोई भी बचने वाला नहीं, छोटा बड़ा, राजा रंग, साधु सन्यासी, जो भी आया उसे एक ना एक दिन इस नश्वर संसार का त्याग करके चले जाना। मौत देखे ना छोटा बड़ा, लाख रोको ये रुकती नहीं, लाख चाहो बदलती नहीं, मौत सबके गले है पड़ी तेनू कितों
ਲੱਭਦੀਆਂ ਨਹੀਂ, ਇੰਨੀਆਂ ਕੋੜੀਆਂ ਛਾਵਾਂ ਜਗ ਵਿੱਚ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਇੰਨੀਆਂ ਠੰਡੀਆਂ ਛਾਵਾਂ ਜਗ ਵਿੱਚ ਲੱਭਦੀਆਂ ਨਹੀਂ, ਇੰਨੀਆਂ ਕੋੜੀਆਂ ਛਾਵਾਂ ਜਗ ਵਿੱਚ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਓ ਮਾਂ ਮੇਰੀ ਮਾਂ, ਪਿਆਰੀ ਮਾਂ ਮੇਰੀ ਮਾਂ, ਚੰਗੀ ਮਾੜੀ ਮਾਂ ਰੋਕਦੀਆਂ, ਮਾਂ ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਓ ਮਾਂ ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਮੰਦਾ ਬੋਲ ਜੇ ਬੋਲੇ ਤਾਂ ਫਿਰ ਟੋਕਦੀਆਂ, ਚੰਗੀ ਮਾੜੀ ਰੋਕਦੀਆਂ, ਸਲਾਵਾਂ ਲੱਭਦੀਆਂ ਨਹੀਂ, ਚੇਤੀਆਂ ਦੀਪ ਸਲਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਮਾਂ ਪਿਆਰੀ ਮਾਂ ਹੋਰ ਕਿਸੇ ਤੋਂ ਇੰਜ ਵਫਾਵਾਂ ਲੱਭਦੀਆਂ ਨਹੀਂ, ਹੋਰ ਕਿਸੇ ਤੋਂ ਇੰਜ ਵਫਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਮਾਂ ਪਿਆਰੀ ਮਾਂ ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਓ ਮਾਂ ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਮਾਂ ਦੇ ਵਰਤਾ ਦਰਦ ਕਿਵੇਂ ਵੰਡਾਉਣਾ ਏ, ਐਵੇਂ ਬੂਆ ਅੜ ਗਿਆ ਕਿੰਨੇ ਆਉਣਾ ਏ, ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਮਾਂ ਪਿਆਰੀ ਮਾਂ ਮੇਰੀ ਮਾਂ, ਪਿਆਰੀ ਮਾਂ ਓ ਮਾਂ ਦੇ
ਪਾਂਚੋਂ ਪਾਂਡਵ ਬਨਵਾਸ ਭੋਗਦੇ ਭੋਗਦੇ ਕੈਲਾਸ਼ ਰਾਜ ਦੇ ਪਹੁੰਚ ਗਏ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਅੰਦਰ ਹੈ। ਸਮੇਂ ਦੀ ਧਾਰਾ ਅੱਗੇ ਵੱਧ ਰਹੀ ਹੈ। ਛੋਟੀ ਸੀ ਬਾਤ ਕਹਿਕਰ ਆਪਣੀ ਬਾਣੀ ਕੋ ਵਿਸ਼ਰਾਮ ਦੂੰਗਾ। ਇਤਿਹਾਸ ਯੂੰ ਹੈ ਕਿ ਧਰਮ ਰਾਜ ਨਿਸ਼ਚਰ ਕੋ ਬਹੁਤ ਪਿਆਸ ਲੱਗੀ। ਅਗਰ ਆਪਣੇ ਮਹਾਂਪੁਰਖ ਪੜ੍ਹੀ ਹੋ, ਦੇਖੀ ਹੋ, ਸੁਣੀ ਹੋ, ਬਾਰੀ ਬਾਰੀ ਆਪਣੇ ਭਾਈਓਂ ਸੇ ਕਹਾ, ਅਰਜੁਨ, ਨਕੁਲ, ਭੀਮ, ਸਹਿਦੇਵ ਕਿ ਕਹੀਂ ਸੇ ਪਾਣੀ ਕੀ ਖੋਜ ਕਰਕੇ ਲਾਓ। ਚਾਰੋਂ ਜਾਤੇ ਹੈ, ਨਦੀ ਕਿਨਾਰੇ ਪਹੁੰਚਦੇ ਹੈ, ਪਾਣੀ ਲੈਣੇ ਲੱਗਦੇ ਹੈ, ਆਵਾਜ਼ ਆਉਂਦੀ ਹੈ, ਅਰੇ ਅਰਜੁਨ, ਭੀਮ, ਨਕੁਲ, ਸਹਿਦੇਵ, ਇਸ ਪਾਣੀ ਪਰ, ਇਸ ਜਲ ਪਰ, ਇਸ ਨਦੀ ਪਰ ਮੇਰਾ ਅਧਿਕਾਰ ਹੈ। ਅਗਰ ਪਾਣੀ ਪੀਣਾ ਚਾਹਤੇ ਹੋ ਤੋ ਪਹਿਲੇ ਮੇਰੇ ਪ੍ਰਸ਼ਨੋਂ ਕਾ ਉੱਤਰ ਦੋ। ਚਾਰੋਂ ਨੇ ਉਸ ਬਾਤ ਕੋ ਅਨਸੁਣੀ ਕਰ ਦਿਆ, ਧਿਆਨ ਹੀ ਨਹੀਂ ਦਿਆ। ਚਾਰੋਂ ਕੇ ਆਹ ਚਾਰੋਂ ਹੀ ਬਾਣੀਓਂ ਕੋ ਮੂਰਛਿਤ ਦੇਖਾ। ਅਭਿਆਸ ਬਹੁਤ ਲਗੀ ਹੋਈ ਥੀ, ਪ੍ਰਾਣ ਨਿਕਲੇ ਜਾ ਰਹੇ ਥੇ, ਸੋਚਾ ਜੈਸੇ ਹੀ ਪਾਣੀ ਪੀਣੇ ਲਗੇ ਆਵਾਜ਼ ਆਈ ਵਹੀ ਕਿ ਤੁਹਾਰੀ ਦਿਸ਼ਾ ਵੀ ਤੁਹਾਰੇ ਭਾਈਓਂ ਕੇ ਜੈਸੀ ਹੋਗੀ, ਪਹਿਲੇ ਮੇਰੇ ਪ੍ਰਸ਼ਨੋਂ ਕਾ ਉੱਤਰ ਦੋ। ਤੋ ਧਰਮਰਾਜ ਨੇ ਉਸ ਯਕਸ਼ ਕੇ ਪ੍ਰਸ਼ਨੋਂ ਕਾ ਉੱਤਰ ਦਿਆ। ਸ਼੍ਰੀ ਮਹਾਭਾਰਤ ਕੇ ਅੰਦਰ ਤੋ 101 ਪ੍ਰਸ਼ਨ ਪੁੱਛੇ ਗਏ, ਲੇਕਿਨ ਐਸੀ ਸਭਾਓ ਮੇ, ਐਸੇ ਸਤਸੰਗੋ ਮੇ ਹਮਾਰੇ ਬਜ਼ੁਰਗੋ ਨੇ 3 ਪ੍ਰਸ਼ਨੋ ਕੋ ਪ੍ਰਮੁੱਖ ਲਿਆ। 3 ਪ੍ਰਸ਼ਨ ਜਿਸੇ ਆਜ ਸਮਾਜ ਕੋ ਬਹੁਤ ਜ਼ਰੂਰਤ ਹੈ, ਆਜ ਦੁਨੀਆ ਬਹੁਤ ਦਾਨ ਦੇ, ਵਹੀ 3 ਪ੍ਰਸ਼ਨ ਉਸ ਯਕਸ਼ ਨੇ ਧਰਮਰਾਜ ਸੇ ਪੁੱਛੇ। ਔਰ ਮੈਂ ਆਪ ਲੋਗੋਂ ਕੋ ਬਤਾ ਰਹਾ ਹੂੰ, ਸਭਸੇ ਪਹਿਲਾ ਪ੍ਰਸ਼ਨ ਉਸ ਯਕਸ਼ ਨੇ ਧਰਮਰਾਜ ਸੇ ਪੁੱਛਾ ਕਿ ਹੇ ਧਰਮਰਾਜ, ਯੇ ਧਰਤੀ ਬਹੁਤ ਭਾਰੀ ਹੈ, ਧਰਤੀ ਸੇ ਵੀ ਭਾਰੀ ਔਰ ਕੌਨ ਸੀ ਚੀਜ਼ ਹੈ, ਧਿਆਨ ਦੇਣਾ ਜ਼ਰਾ। ਕਹਿੰਦੇ ਧਰਤੀ ਸੇ ਭਾਰੀ ਹੈ ਮਾਂ ਕਾ ਭਾਰ, ਜਿਸ ਮਾਂ ਨੇ 9 ਮਹੀਨੇ ਕੋਖ ਮੇ ਰੱਖ ਕਰ ਆਪਣੀ ਔਲਾਦ ਕੋ ਆਪਣੇ ਖੂਨ ਸੇ ਸੀਚਾ, ਆਪਣੇ ਖੂਨ ਸੇ ਸੀਚਾ ਔਲਾਦ ਕੋ, ਵੋ ਔਲਾਦ ਆਪਣੀ ਮਾਂ ਕਾ ਦੇਨ ਦੇ ਨਹੀਂ ਸਕਦੀ ਹੈ। ਔਰ ਸ਼ਮਾ ਕਰਨਾ, ਆਜ ਸੰਤਾਨ ਕੇ ਕੋ ਪਾਤਰ ਹੋਣੇ ਕਾ ਕਾਰਨ ਇਹ, ਮੈਂ ਆਪਣੇ ਬੱਚੋਂ ਕੋ ਡੱਬੇ ਵਾਲਾ ਦੁੱਧ ਪਿਲਾਉਂਦੀ ਹੈ, ਪੈਦਾ ਹੁੰਦੇ ਹੀ ਮੈਂ ਨਿਪਲ ਡਾਲ ਦਿਆ ਜਾਂਦਾ। ਫਿਰ ਕਹਿੰਦੀ ਕਿ ਪੰਡਿਤ ਜੀ, ਬੱਚੇ ਲਾਇਕ ਨਹੀਂ ਨਿਕਲੇ। ਅਰੇ ਲਾਇਕ ਕਹਾਂ ਨਿਕਲਣਾ ਥਾ, ਕਿਉਂਕਿ ਤੂਨੇ ਤੋਂ ਆਪਣਾ ਖੂਨ ਪਿਲਾਇਆ ਹੀ ਨਹੀਂ, ਡੱਬੇ ਵਾਲਾ ਦੁੱਧ ਪਿਲਾਇਆ ਥਾ, ਤੋ ਬੱਚੇ ਵੀ ਫਿਰ ਵੈਸੇ ਹੀ ਉਤਪੰਨ ਹੋਣਗੇ। ਜਨਨੀ ਜਨੇ ਸੋ ਭਗਤ ਜਨ, ਯਾ ਦਾਤਾ ਯਾ ਸ਼ੂਰ, ਨਹੀਂ ਤੋ ਜਨਨੀ ਬਾਝ ਰਹੇ, ਕਿਉਂਕਿ ਖਗਵਾਵੇ ਤੂੰ। ਗਲੀ ਮਹੱਲੇ ਮੇ ਲੜਾਈ ਝਗੜਾ ਹੋ ਜਾਣਾ, ਕਿਸੀ ਨੇ ਕਹਿ ਦੇਣਾ ਮਾਂ ਕਾ ਦੁੱਧ ਪੀਆ ਹੈ ਤੋ ਬਾਹਰ ਨਿਕਲ ਆ, ਸਭੀ ਭਾਈ ਲੜਨੇ ਕੇ ਲੀਏ ਬਾਹਰ ਨਿਕਲ ਆਉਂਦੇ ਥੇ। ਅੱਜ ਕੱਲ੍ਹ ਹੁੰਦਾ ਇੱਕੋ ਇੱਕ ਹੈ, ਉਹ ਵੀ ਅੰਦਰ ਹੀ ਬੈਠਾ ਹੁੰਦਾ, ਉਹ ਕਹਿੰਦਾ ਤੂੰ ਬਾਹਰ ਕਿਉਂ ਨਹੀਂ ਨਿਕਲਿਆ? ਕਹਿੰਦਾ ਮੈਂ ਤੇ ਮਾਂ ਦਾ ਦੁੱਧ ਪੀਤਾ ਹੀ ਨਹੀਂ, ਡੱਬੇ ਦਾ ਦੁੱਧ ਪੀਤਾ ਸੀ, ਬੱਚੇ ਵੀ ਫਿਰ ਡੱਬੇ ਵਾਲਾ ਹੀ ਹੋ ਗਏ ਨਾ। ਹਾਂ, ਉਹਨਾਂ ਅੰਦਰ ਦੇਸ਼ ਕੇ ਪ੍ਰਤੀ, ਸਮਾਜ ਕੇ ਪ੍ਰਤੀ, ਧਰਮ ਕੇ ਪ੍ਰਤੀ ਬੱਚੇ ਕੈਸੇ ਜਾਗਰਤ ਹੋਣਗੇ? ਉਸੇ ਆਪਣਾ ਖੂਨ ਸੇ ਸੀਚਣਾ ਪੜੇਗਾ ਮਾਂ ਕੋ, ਸੰਸਕਾਰ ਦੇਣੇ ਪੜੇਗੇ ਮਾਂ ਕੋ, ਤਬ ਔਲਾਦ ਹੋਣਹਾਰ ਧਰਮਾਤਮਾ ਲਾਇਕ ਪੈਦਾ ਹੋਵੇਗੀ। ਦੂਸਰਾ ਪ੍ਰਸ਼ਨ ਕੀ ਆ ਕਿ ਆਕਾਸ਼ ਬਹੁਤ ਉੱਚਾ ਹੈ, ਆਕਾਸ਼ ਸੇ ਵੀ ਉੱਚੀ ਔਰ ਕੌਨ
सी वस्तु है, कहने की अपने पिता की रिस्पेक्ट, जो आजकल के कई बच्चे छोटी छोटी बातों पर अपने माँ बाप का अपमान कर देते हैं। एक बात का ध्यान रखना, अगर हम अपने माँ बाप की सेवा करेंगे तो आने वाली औलाद हमारी सेवा करेगी, अगर हमने अपने माँ बाप का तिरस्कार किया तो हमारी औलाद भी हमारा तिरस्कार करेगी। और तीसरा प्रश्न कि आश्चर्य क्या है, आश्चर्य आपने परसों चौक पेपर में देख ही लिया, फैक्ट्री को आग लगी, चार मंजिला बिल्डिंग धड़ाम से नीचे गिर गई और बीच में जितने भी लोग थे सारे मारे गए, यही आश्चर्य है। हम कहते हमने तो नहीं मरना, अभी तो मेरी समुचा समाज आज इतनी बड़ी हाजिरी, सभी धार्मिक राजनीतिक सामाजिक आज स्थापर परिवार के दुख में शामिल हुए हैं। जाना ना कहता हुआ हमारे भाई परमिंदर मेहता जी काउंसलर वो आए हुए सजनों में जो भी शोक संदेश है वो पढ़कर नाम सुनाएंगे और दो मिनट के लिए श्रद्धांजलि देंगे, उसके बाद आरती और रस्म पकड़ी होगी। ਜ਼ਿੰਦਗੀ ਮੌਤ ਔਰ ਮਾਂ ਦੇ ਰੁਤਬੇ ਜਿਹੜਾ ਹਰ ਉਮਰ
ਹਰ ਤਕਲੀਫ 'ਚ ਹਮੇਸ਼ਾ ਇਨਸਾਨ ਦੀ ਜੀਭ 'ਤੇ ਆ ਕੇ ਸਕੂਨ ਦਿੰਦਾ ਹੈ। ਤੁਹਾਡੇ ਵਿਸਤਾਰ 'ਚ ਰੋਸ਼ਨੀ ਪਾਈ ਜਦ ਰਵਿੰਦਰ ਮਹਾਤਮਾ ਅਦਰਨੀਆ ਬਾਬੇ ਜੀ ਦੀ ਗੱਲ ਕਰੀਏ ਤਾਂ ਸ਼੍ਰੀ ਸਤਪਾਲ ਬਜਾਜ ਜੀ ਦੇ ਘਰ ਇੱਕ ਬੇਟੀ ਵਜੋਂ ਪੈਦਾ ਹੋ ਕੇ ਸਾਡੇ ਵੱਡੇ ਵੀਰ ਰਮੇਸ਼ ਜੀ ਦੇ ਨਾਲ ਸ਼੍ਰੀ ਰਾਮ ਲਵਾਇਆ ਥਾਪਰ ਜੀ ਦੇ ਬੇਟੇ ਨਾਲ ਯਾਦਾਂ ਨਾਲ ਵਿਆਹ ਹੋਇਆ। ਇੱਕ ਬਹੂ ਦੀ ਭੂਮਿਕਾ ਚ ਆ ਕੇ ਫਿਰ ਇੱਕ ਮਾਂ ਦੀ ਭੂਮਿਕਾ ਚ ਆ ਕੇ ਜੋ ਉਹਨਾਂ ਨੇ ਸਮਾਜ ਕੱਢਿਆ ਅੱਜ ਮੈਂ ਦੇਖ ਰਿਹਾ ਉਹਨਾਂ ਦੇ ਸਕੇ ਸੰਬੰਧੀ ਜਾਣ ਨੂੰ ਜਿੰਨੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਇੱਥੇ ਹਾਜ਼ਰ ਨੇ ਮਨ ਭਰਿਆ ਪੰਜ ਵੀ ਨੇ ਬਿਆਨ ਸੁਣੇ ਕਿਉਂਕਿ ਉਹਨਾਂ ਦੀ ਸ਼ਖਸੀਅਤ ਸੀ ਹਮੇਸ਼ਾ ਹੀ ਮੁੱਖ ਅਤੇ ਖੁਸ਼ੀ ਅਤੇ ਮਿਲ ਵਰਤੋਂ ਦਾ ਸੁਭਾਅ ਅੱਜ ਉਹੀ ਉਹਨਾਂ ਦਾ ਵਤੀਰਾ ਕਿ ਇੱਕ ਬਹਾਨਾ ਬਣੀ ਬਿਮਾਰੀ ਦੇ ਵਿੱਚ ਸਮੁੱਚਾ ਪਰਿਵਾਰ ਆਪਣੀ ਜ਼ਿੰਮੇਵਾਰੀ 'ਚ ਜਿੱਥੇ ਖੜ੍ਹਾ ਸੀ ਅਤੇ ਉੱਥੇ ਦੋਸਤ ਮਿੱਤਰਾਂ ਨੇ ਵੀ ਕੋਈ ਪਿੱਛੇ ਕਦਮ ਨਹੀਂ ਉਠਾਇਆ। ਉਹਨਾਂ ਦੇ ਵੱਡੇ ਵੀਰ ਜੋਗਿੰਦਰ ਜੀ ਸੰਜੀਵ ਬਸੀ ਜੀ ਇੱਕ ਐਸਾ ਸੰਯੁਕਤ ਪਰਿਵਾਰ ਦਾ ਉਦਾਹਰਣ ਹੈ ਕਿ ਚਾਹੇ ਥੋੜ੍ਹੇ ਬਹੁਤ ਪਰਿਵਾਰ ਦੇ ਵਿਸਤਾਰ ਨੂੰ ਲੈ ਕੇ ਬਿਲਡਿੰਗਾਂ ਚੇਂਜ ਕਰਨੀਆਂ ਪਈਆਂ ਲੇਕਿਨ ਪਰਿਵਾਰਾਂ ਦੇ ਦਿਲ ਲਿਖ ਰਹੇ ਔਰ ਅੱਜ ਇਸ ਪੀੜਾ ਦੀ ਤਰੀ ਦੇ ਵਿੱਚ ਮੈਂ ਦੇਖ ਰਿਹਾ ਕਿ ਸਮਾਜ ਦਾ ਕੋਈ ਐਸਾ ਵਰਗ ਨਹੀਂ ਜਿਹੜਾ ਇਸ ਪਰਿਵਾਰ ਦੇ ਦੁੱਖ ਵੱਡਣ ਲਈ ਅਤੇ ਹਾਜ਼ਰ ਨਹੀਂ ਔਰ ਇਹ ਸਮਾਜ ਦੀ ਇੱਕ ਰੀਤ ਹੈ ਕਿ ਦੁੱਖ ਵੱਡਿਆਂ ਕੱਢਦਾ ਹੈ। ਮੇਰੇ ਵੀਰ ਰਮੇਸ਼ ਜੀ ਨੇ ਜਿੱਥੇ ਆਪਣੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਧਾਰਮਿਕ ਖੇਤਰ 'ਚ ਹਮੇਸ਼ਾ ਅੱਗੇ ਵੱਧ ਕੇ ਕਾਰਜ ਕੀਤੇ ਉਸੇ ਤਰ੍ਹਾਂ ਉਹਨਾਂ ਨੇ ਸਮਾਜ ਦੇ ਹਰ ਦੁੱਖ ਦਰਦ ਨੂੰ ਔਰ ਸਮਾਜ ਦੇ ਭਲੇ ਲਈ ਜੋ ਵੀ ਉਹਨਾਂ ਦੀ ਜ਼ਿੰਮੇਵਾਰੀਆਂ 'ਤੇ ਲੱਗੀ ਮੈਂ ਗਵਾਹ ਹਾਂ ਇਸ ਚੀਜ਼ ਦਾ ਕਿ ਉਹਨਾਂ ਨੇ ਕਦੇ ਵੀ ਕਦਮ ਪਿੱਛੇ ਨਹੀਂ ਚੱਕਿਆ। ਉਹ ਆਸ਼ੀਰਵਾਦ ਉਹਨਾਂ ਦੇ ਵੱਡੇ ਵੀਰ ਜੋਗਿੰਦਰ ਜੀ ਨੂੰ ਮੈਂ ਮੰਨਦਾ ਕਿ ਉਹ ਬੈਠੇ ਬੜੇ ਅਤੇ ਉਹਨਾਂ ਨੂੰ ਕਦੇ ਕਿਸੇ ਤਰ੍ਹਾਂ ਦੀ ਕਮੀ ਜਾਂ ਸਮੇਂ ਦੀ ਲੋੜ ਨਹੀਂ ਪਈ ਉਹ ਸਮਾਜ ਨਾਲ ਤੁਰਦੇ ਰਹੇ। ਬਹੁਤ ਵੱਡਾ ਘਾਟਾ ਇੱਕ ਸਮਾਜ ਦੇ ਵਿੱਚ ਜੋ ਮੌਤ ਵਜੋਂ ਸੱਚਾਈ ਦਾ ਉਹਨਾਂ ਨੂੰ ਪਿਆ ਹੈ ਲੇਕਿਨ ਉਹਨਾਂ ਦੀਆਂ ਬੇਟੀਆਂ ਵਰਗੀਆਂ ਨੂੰਹਾਂ ਹੈ ਬੱਚੇ ਆਗਿਆਕਾਰੀ ਹੈ ਲੇਕਿਨ ਜ਼ਿੰਮੇਵਾਰੀ ਹੈ ਔਰ ਸਮਾਜ ਇਹ ਵੀ ਕਹਿੰਦਾ ਹੈ ਕਿ ਮਾਵਾਂ ਅਤੇ ਪਿਓ ਉਹਨਾਂ ਦੇ ਮਰਦੇ ਨੇ ਜਿਹਨਾਂ ਦੇ ਬੱਚੇ ਨਲਾਇਕ ਹੁੰਦੇ ਨੇ ਜਿਹਨਾਂ ਦੇ ਬੱਚੇ ਲਾਇਕ ਹੁੰਦੇ ਨੇ ਅਤੇ ਰਸਮ ਪਗੜੀ ਅਤੇ ਸਮਾਜ ਉਹਨਾਂ ਨੂੰ ਐਸੀ ਚੀਜ਼ ਦਿੰਦਾ ਕਿ ਉਹ ਆਪਣੇ ਬਜ਼ੁਰਗਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਵਾਉਣ ਲਈ ਤਕੜੇ ਹੋਣ ਔਰ ਪਰਮ ਪਿਤਾ ਪਰਮਾਤਮਾ ਹਿੰਮਤ ਸ਼ਕਤੀ ਬਖਸ਼ਦਾ ਹੈ। ਇਹ ਨਾ ਸਹਿਣ ਵਾਲਾ ਜੋ ਦਰਦ ਹੈ ਇਹ ਸਮਾਜ ਦੀ ਅਤੇ ਜ਼ਿੰਮੇਵਾਰੀਆਂ ਦੇ ਨਾਲ ਹੀ ਘਟਣਾ ਹੈ। ਹਰ ਵੇਲੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਵਿੱਚ ਰਹਿਣੀਆਂ ਨੇ ਔਰ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨ ਲਈ ਮੈਂ ਵੇਖ ਰਿਹਾ ਕਿ ਵੱਖ ਵੱਖ ਦਾਇਰਿਆਂ ਤੋਂ ਬਿਮਾਰੀ ਵੀ ਸਾਡੇ ਸਾਥੀ ਬੈਠੇ ਨੇ ਰਾਜਨੀਤਿਕ ਦਾਇਰਿਆਂ 'ਚ ਬੈਠੇ ਨੇ ਪਰਿਵਾਰ ਵੱਲੋਂ ਜੋ ਹੁਕਮ ਹੈ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਪੂਰੇ ਟਾਈਮ 'ਤੇ ਭੋਗ ਪਾਉਣਾ ਹੈ ਆਰਤੀ ਕਰਨੀ ਹੈ ਔਰ ਸਾਡੇ 'ਚ ਸ਼੍ਰੀ ਸਨਾਤਨ ਧਰਮ ਇਸਤਰੀ ਸਭਾ ਜਿਨ੍ਹਾਂ ਨਾਲ ਉਹ
ਤਨ ਮਨ ਧਨ ਤਹਿ ਦਿਲੋਂ ਜੁੜੇ ਹੋਏ ਸਨ। ਔਰ ਮੈਨੂੰ ਪਤਾ ਹੈ ਸਰਤਾਜ ਹੋਵੇ ਜਦੋਂ ਵੀ ਹੁੰਦਾ ਉਹਨਾਂ ਦੀ ਕੀਰਤਨ ਸਭਾ 'ਚ ਉਹਨਾਂ ਦੀ ਹਾਜ਼ਰੀ ਔਰ ਉਹਨਾਂ ਦਾ ਆਪਣਾ ਜੋ ਪਰਿਵਾਰ ਹੈ ਉਹ ਹਮੇਸ਼ਾ ਸ਼ਮੂਲੀਅਤ ਰਹਿੰਦਾ ਸੀ। ਇਹ ਉਹ ਭੈਣਾਂ ਦੇ ਵੀ ਮੇਰੇ ਲਈ ਬਹੁਤ ਘਾਟ ਵਾਲੀ ਗੱਲ ਹੈ। ਔਰ ਲਿਆਚੀ ਗਿਰ ਮੰਦਰ ਚਮੁੰਡਾ ਦੇਵੀ ਆਸ਼ਰਮ ਚੈਰੀਟੇਬਲ ਟਰੱਸਟ ਔਰ ਜੀਵ ਕਲੱਬ ਔਰ ਕਈ ਹੋਰ ਸਾਥੀ ਜਿੱਦਾਂ ਰਾਜੀਵ ਕਾਲਰਾ ਜੀ, ਜੀਵਨ ਜੀ, ਸਤੀਸ਼ ਜੀ, ਬਲਰਾਜ ਸ਼ਰਮਾ ਜੀ ਔਰ ਚੰਦ ਮਸਤਾ ਨੂਰਮਲਾ ਰੋਡ ਤੋਂ ਹਕੀਕ ਕਪੂਰ ਜੀ ਅਤੇ ਹੋਰ ਕਈ ਸਾਥੀ ਇੱਥੇ ਬੈਠੇ ਨੇ। ਸਾਰਿਆਂ ਦੀ ਭਾਵਨਾਵਾਂ ਦਾ ਕਦਰ ਕੀਤੀ ਜਾਂਦੀ ਹੈ ਔਰ ਸਾਰਿਆਂ ਤੋਂ ਸਮਾਂ ਮੰਗਦਾ ਹੋਇਆ ਸਮੁੱਚੇ ਤੌਰ 'ਤੇ ਇੱਥੇ ਅਸੀਂ ਉਸ ਦੁਰਗੰਧ ਆਤਮਾ ਦੇ ਪ੍ਰਤੀ ਸ਼ਰਧਾ ਸਮਾਨ ਔਰ ਪਰਮ ਪਿਤਾ ਪਰਮਾਤਮਾ ਨੂੰ ਅਰਦਾਸ ਕਰਨੀ ਹੈ। ਉਹ ਸਾਡੀ ਇੱਕੋ ਹੀ ਅਰਦਾਸ ਹੈ ਕਿ ਅਸੀਂ ਆਰਤੀ ਦੇ ਵਿੱਚ ਆਪਣੀਆਂ ਸੀਟਾਂ 'ਤੇ ਬੈਠ ਕੇ ਜਿੰਨਾ ਵੀ ਇੱਥੇ ਬੈਠਣ ਦਾ ਸਾਡਾ ਸਮੇਂ ਔਰ ਪੁੰਨ ਹੈ ਉਸ ਆਤਮਾ ਦੇ ਪ੍ਰਤੀ ਹੋਵੇ ਔਰ ਪਰਮ ਪਿਤਾ ਪਰਮਾਤਮਾ ਨੂੰ ਅਮਰਨਾਮ ਦੇ ਇਸ ਚੱਕਰ ਤੋਂ ਮੁਕਤ ਕਰਦਾ ਹੋਇਆ ਆਪਣੇ ਚਰਨਾਂ 'ਚ ਸਥਾਨ ਦੇਵੇ ਔਰ ਸਾਡੇ ਇਸ ਪਰਿਵਾਰ ਨੂੰ ਤਾਕਤ ਅਤੇ ਬਲ ਬਖਸ਼ੇ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਮੇਰੇ ਛੋਟੇ ਵੀਰ ਰੋਹਿਤ ਜੀ, ਮੋਹਿਤ ਜੀ, ਮੁਨੀਤ ਜੀ, ਵਿਨੇ ਜੀ ਔਰ ਸਾਡੀ ਬੇਟੀ ਭੈਣ ਅੰਜਲੀ ਜੀ ਬੇਟੀ ਅਤੇ ਦਮਾਦ ਰੋਹਿਤ ਜੀ, ਇਹ ਨੌਜਵਾਨ ਪੀੜ੍ਹੀ ਆਪਣੇ ਜ਼ਿੰਮੇਵਾਰੀਆਂ ਦੇ ਲਈ ਸਾਰਥਕ ਉਤਰਨ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਪੰਡਿਤ ਜੀ ਧਰਮ ਅਰਥ ਕਾਮ ਔਰ ਮੋਕਸ਼ ਕੋ ਪ੍ਰਦਾਨ ਕਰਨੇ ਵਾਲਾ ਸ਼੍ਰੀ ਬ੍ਰਾਹਮਣ ਮਹਾਸਭਾ ਲੁਧਿਆਣਾ, ਮੇਰੇ ਛੋਟੇ ਭਾਈ ਕਪਿਲ ਜੋਸ਼ੀ ਜੀ ਜਿਨਕੀ ਬਹੁਤ ਪਿਆਰ ਮਿਲਾ, ਉਹਨੇ ਬਤਾਇਆ ਉਨਕੀ ਮਾਸੀ ਜੀ ਨਿਤਿਨ ਜੋਸ਼ੀ ਜੀ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਹੈ, ਸ਼੍ਰੀ ਅਸ਼ੋਕ ਥਾਪਰ ਜੀ ਔਰ ਵੀ ਬਹੁਤ ਸੇ ਮੈਂ ਦੇਖ ਰਿਹਾ ਹਾਂ, ਹਮਾਰੇ ਰਜੀਵ ਮਲਹੋਤਰਾ, ਵਿਪਨ ਮਲਹੋਤਰਾ ਜੀ, ਬਹੁਤ ਸੇ ਥਾਪਰ ਪਰਿਵਾਰ ਹਮਾਰੇ ਆਪਣੇ ਪਰਿਵਾਰ ਯਹਾਂ ਬੈਠੇ ਹੋਏ ਹੈ। ਅਗਰ ਨਾਮ ਕੀ ਗਿਣਤੀ ਮੈਂ ਪੜ ਜਾਊਂਗਾ ਤੋ ਸਮੇਂ ਬਹੁਤ ਅਧਿਕ ਹੋ ਜਾਏਗਾ। ਇਨ੍ਹੀਂ ਸ਼ਬਦੋਂ ਕੇ ਸਾਥ ਜੋ ਵੀ ਪਰਿਵਾਰ ਨੇ 10 ਦਿਨ ਤੱਕ ਸ਼੍ਰੀ ਗਰੁੜ ਪੁਰਾਣ ਜੀ ਕੀ ਪਾਵਨ ਪਵਿੱਤਰ ਕਥਾ ਕੋ ਬੜੀ ਵਿਧੀ ਕੇ ਦੁਆਰਾ ਸ਼ਰਵਣ ਕੀਆ ਹੈ। ਗਰੁੜ ਪੁਰਾਣ ਪੁੰਨਦਾਇਕ ਹੈ, ਪਾਪੋ ਕਾ ਨਾਸ਼ ਕਰਨੇ ਵਾਲਾ, ਧਰਮ ਅਰਥ ਕਾਮ ਔਰ ਮੋਕਸ਼ ਕੋ ਦੇਣੇ ਵਾਲਾ ਹੈ। ਤੋ ਆਈਏ ਪਰਿਵਾਰ ਆਏ ਗਰੁੜ ਪੁਰਾਣ ਕੀ ਪੂਜਾ ਕਰੇ। ਹਾਂਜੀ ਆਓ ਮੈਡਮ। ਓ ਮੰਗਲਮ ਭਗਵਾਨ ਵਿਸ਼ਨੋ, ਮੰਗਲਮ ਗਰੁੜ ਧਵਜਾ, ਮੰਗਲਮ ਕੁੰਡਰੀ ਕਾਕਸ਼, ਮੰਗਲਾਏ ਨਮੋ ਹਰਿ ਵਿਸ਼ਨੋ ਨਰਾਟਮਸੀ ਵਿਸ਼ਨੋ ਸ਼ਨਪਤੀ ਸਤੋ ਵਿਸ਼ਨੋ ਸਯੂਰਸੀ ਵਿਸ਼ਨੋ ਤ੍ਰੌਸੀ ਵੈਸ਼ਨਵਮਸੀ ਵਿਸ਼ਨੋ ਵਿਸ਼ਨਵੇ ਵਾ ਸ਼੍ਰੀ ਗਣਪ੍ਰਾਯ ਨਮੋ ਨਮ ਸਭੀ ਬੈਠਣਾ ਹੈ ਫਿਰ ਕੁਰਸੀ 'ਤੇ ਚੌਂਕੜੀ ਲਗਾਤੇ ਹੋਏ। ਜਿਹਨਾਂ ਨੇ ਪਗੜੀ ਦੇਣੀ ਹੈ ਕੁਰਮਾਚਾਰੀ ਕੀ ਜੋ ਪਗੜੀ ਹੋਤੀ ਕਿਰਪਾ ਮੰਚ ਕੇ ਪਾਸ ਆ ਜਾਏ। ਬਾਕੀ ਸੰਗਤ ਰਸਮ ਪਗੜੀ ਕੇ ਉੱਪਰ ਕੋਈ ਵੀ ਸੱਜਣ ਸ਼ਗਨ ਆਦਿ ਦੇਣੇ ਕੀ ਚੇਸ਼ਟਾ ਨਾ ਕਰੇ। ਆਪ ਲੋਕੋ ਕਾ ਆਉਣਾ ਹੀ ਕਾਫੀ ਹੈ ਕਿ ਆਪ ਪਰਿਵਾਰ ਕੇ ਲੋਕ ਮੈਂ ਆਪ ਸ਼ਾਮਿਲ ਹੋਏ। ਆਈਏ ਬਿਲਕੁਲ ਸੰਗਤ ਸੀਧੇ ਬੈਠਦੇ ਹੋਏ ਸਭੀ ਮਿਲ ਕਰ, ਕਿਉਂਕਿ ਆਰਤੀ ਜਾਂ ਭਗਵਾਨ ਕੇ ਚਰਨੋਂ ਮੈਂ ਬੈਠ ਕਰ ਗਾਈ। ਓਮ ਜੈ ਜਗਦੀਸ਼ ਹਰਿ ਸਵਾਮੀ ਜੈ ਦੀਨਾਨਾਥ ਹਰਿ ਭਗਤ ਜਨੋਂ ਕੇ ਸੰਗਤ ਦਾਸ ਜਨੋਂ ਕੇ ਅਗੁਣ ਸ਼ਨ ਮੇ ਦੂਰ ਕਰੇ ਹਰਿ ਓਮ ਜੈ।
Yeah.
Thank you.